ਪਹਿਲਾਂ ਮਨਾਇਆ ਆਪਣੀ ਗਰਲਫ੍ਰੈਂਡ ਦਾ ਬਰਥਡੇ, ਫਿਰ ਪ੍ਰੇਮੀ ਨੇ ਆਪਣੀ ਬੈਂਕ ਮੈਨੇਜਰ ਪ੍ਰੇਮਿਕਾ ਦਾ ਕਰ ਦਿੱਤਾ ਕਤਲ, ਲਾਸ਼ ਹੋਟਲ 'ਚ ਛੱਡ ਕੇ ਹੋਇਆ ਫਰਾਰ। ਦੱਸਦੇ ਕਿ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਆਸ਼ਿਕ ਨੇ ਆਪਣੀ ਪ੍ਰੇਮਿਕਾ ਦਾ ਪਹਿਲਾਂ ਤਾਂ ਹੋਟਲ ਦੇ ਵਿੱਚ ਜਨਮ ਦਿਨ ਮਨਾਇਆ ਅਤੇ ਫਿਰ ਉਸਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਹੋਟਲ 'ਚ ਲਾਸ਼ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਅਤੇ ਲਗਾਤਾਰ ਇਸ ਤੋਂ ਬਾਅਦ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਅਤੇ ਹੁਣ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਦੱਸਦੇ ਕਿ ਲੜਕੀ ਬੈਂਕ ਮੈਨੇਜਰ ਸੀ, ਜਿਸ ਦੀ ਇਸਦੇ ਪ੍ਰੇਮੀ ਵੱਲੋਂ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਨਵੀਂ ਮੁੰਬਈ ਦਾ, ਜਿੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਪ੍ਰੇਮੀ ਨੇ ਆਪਣੀ ਬੈਂਕ ਮੈਨੇਜਰ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰੇਮੀ ਦਾ ਨਾਮ ਸ਼ੋਇਬ ਸ਼ੇਖ ਹੈ ਅਤੇ ਮ੍ਰਿਤਕ ਲੜਕੀ ਦਾ ਨਾਮ ਅਮਿਤ ਕੌਰ ਹੈ। ਦੋਨੋਂ ਕੁਝ ਮਹੀਨੇ ਪਹਿਲਾਂ ਹੀ ਇੱਕ ਦੂਸਰੇ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਸੀ। ਪੁਲਿਸ ਅਨੁਸਾਰ 8 ਜਨਵਰੀ ਦੀ ਰਾਤ ਨੂੰ ਸ਼ੋਇਬ ਨੇ ਆਪਣੀ ਪ੍ਰੇਮਿਕਾ ਦਾ ਜਨਮ ਦਿਨ ਇੱਕ ਹੋਟਲ ਦੇ ਵਿੱਚ ਮਨਾਇਆ, ਜਿਸ ਤੋਂ ਬਾਅਦ ਉਹ ਗਲਾ ਘੋਟ ਕੇ ਉਸਦੀ ਜਾਨ ਲੈ ਲੈਂਦਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਉਸਦੀ ਲਾਸ਼ ਨੂੰ ਹੋਟਲ ਦੇ ਵਿੱਚ ਹੀ ਛੱਡ ਜਾਂਦਾ। ਜਦੋਂ ਹੋਟਲ ਸਟਾਫ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਲੜਕੀ ਦੀ ਲਾਸ਼ ਬਰਾਮਦ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸਦੇ ਕਿ ਸ਼ੋਇਬ ਗੈਰੇਜ ਦੇ ਵਿੱਚ ਕੰਮ ਕਰਦਾ ਸੀ ਅਤੇ ਮ੍ਰਿਤਕਾ ਲੜਕੀ ਤਲਾਕਸ਼ੁਦਾ ਸੀ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਹ ਕੁਝ ਸਮਾਂ ਪਹਿਲਾਂ ਹੀ ਇਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਇੱਕ ਹੋਟਲ ਦੇ ਵਿੱਚ ਇਹ ਉਸਨੂੰ ਜਨਮ ਦਿਨ ਮਨਾਉਣ ਦੇ ਬਹਾਨੇ ਬੁਲਾਉਂਦਾ, ਕੇਕ ਕੱਟਦਾ ਅਤੇ ਉਸ ਤੋਂ ਬਾਅਦ ਇਸਦਾ ਕਤਲ ਕਰ ਦਿੰਦਾ, ਜਿਸ ਤੋਂ ਬਾਅਦ ਇਹ ਕਈ ਸਮੇਂ ਤੋਂ ਫਰਾਰ ਸੀ ਅਤੇ ਪੁਲਿਸ ਇਸਦੀ ਭਾਲ ਕਰ ਰਹੀ ਸੀ ਅਤੇ ਹੁਣ ਪੁਲਿਸ ਨੇ ਇਸ ਸ਼ਖਸ ਨੂੰ ਕਾਬੂ ਕਰ ਲਿਆ। ਪਹਿਲਾਂ ਮਨਾਇਆ ਆਪਣੀ ਗਰਲਫ੍ਰੈਂਡ ਦਾ ਬਰਥਡੇ, ਫਿਰ ਪ੍ਰੇਮੀ ਨੇ ਆਪਣੀ ਬੈਂਕ ਮੈਨੇਜਰ ਪ੍ਰੇਮਿਕਾ ਦਾ ਕਰ ਦਿੱਤਾ ਕਤਲ, ਲਾਸ਼ ਹੋਟਲ 'ਚ ਛੱਡ ਕੇ ਹੋਇਆ ਫਰਾਰ। ਦੱਸਦੇ ਕਿ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਆਸ਼ਿਕ ਨੇ ਆਪਣੀ ਪ੍ਰੇਮਿਕਾ ਦਾ ਪਹਿਲਾਂ ਤਾਂ ਹੋਟਲ ਦੇ ਵਿੱਚ ਜਨਮ ਦਿਨ ਮਨਾਇਆ ਅਤੇ ਫਿਰ ਉਸਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਹੋਟਲ 'ਚ ਲਾਸ਼ ਛੱਡ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਅਤੇ ਲਗਾਤਾਰ ਇਸ ਤੋਂ ਬਾਅਦ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਅਤੇ ਹੁਣ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਦੱਸਦੇ ਕਿ ਲੜਕੀ ਬੈਂਕ ਮੈਨੇਜਰ ਸੀ, ਜਿਸ ਦੀ ਇਸਦੇ ਪ੍ਰੇਮੀ ਵੱਲੋਂ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਨਵੀਂ ਮੁੰਬਈ ਦਾ, ਜਿੱਥੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਪ੍ਰੇਮੀ ਨੇ ਆਪਣੀ ਬੈਂਕ ਮੈਨੇਜਰ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰੇਮੀ ਦਾ ਨਾਮ ਸ਼ੋਇਬ ਸ਼ੇਖ ਹੈ ਅਤੇ ਮ੍ਰਿਤਕ ਲੜਕੀ ਦਾ ਨਾਮ ਅਮਿਤ ਕੌਰ ਹੈ। ਦੋਨੋਂ ਕੁਝ ਮਹੀਨੇ ਪਹਿਲਾਂ ਹੀ ਇੱਕ ਦੂਸਰੇ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਮਿਲੇ ਸੀ। ਪੁਲਿਸ ਅਨੁਸਾਰ 8 ਜਨਵਰੀ ਦੀ ਰਾਤ ਨੂੰ ਸ਼ੋਇਬ ਨੇ ਆਪਣੀ ਪ੍ਰੇਮਿਕਾ ਦਾ ਜਨਮ ਦਿਨ ਇੱਕ ਹੋਟਲ ਦੇ ਵਿੱਚ ਮਨਾਇਆ, ਜਿਸ ਤੋਂ ਬਾਅਦ ਉਹ ਗਲਾ ਘੋਟ ਕੇ ਉਸਦੀ ਜਾਨ ਲੈ ਲੈਂਦਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਜਾਂਦਾ ਅਤੇ ਉਸਦੀ ਲਾਸ਼ ਨੂੰ ਹੋਟਲ ਦੇ ਵਿੱਚ ਹੀ ਛੱਡ ਜਾਂਦਾ। ਜਦੋਂ ਹੋਟਲ ਸਟਾਫ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਨੂੰ ਲੜਕੀ ਦੀ ਲਾਸ਼ ਬਰਾਮਦ ਹੁੰਦੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸਦੇ ਕਿ ਸ਼ੋਇਬ ਗੈਰੇਜ ਦੇ ਵਿੱਚ ਕੰਮ ਕਰਦਾ ਸੀ ਅਤੇ ਮ੍ਰਿਤਕਾ ਲੜਕੀ ਤਲਾਕਸ਼ੁਦਾ ਸੀ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਉਹ ਕੁਝ ਸਮਾਂ ਪਹਿਲਾਂ ਹੀ ਇਸ ਨੂੰ ਮਿਲੀ ਸੀ, ਜਿਸ ਤੋਂ ਬਾਅਦ ਇੱਕ ਹੋਟਲ ਦੇ ਵਿੱਚ ਇਹ ਉਸਨੂੰ ਜਨਮ ਦਿਨ ਮਨਾਉਣ ਦੇ ਬਹਾਨੇ ਬੁਲਾਉਂਦਾ, ਕੇਕ ਕੱਟਦਾ ਅਤੇ ਉਸ ਤੋਂ ਬਾਅਦ ਇਸਦਾ ਕਤਲ ਕਰ ਦਿੰਦਾ, ਜਿਸ ਤੋਂ ਬਾਅਦ ਇਹ ਕਈ ਸਮੇਂ ਤੋਂ ਫਰਾਰ ਸੀ ਅਤੇ ਪੁਲਿਸ ਇਸਦੀ ਭਾਲ ਕਰ ਰਹੀ ਸੀ ਅਤੇ ਹੁਣ ਪੁਲਿਸ ਨੇ ਇਸ ਸ਼ਖਸ ਨੂੰ ਕਾਬੂ ਕਰ ਲਿਆ।